ਹੁਣ ਅਸੀਂ ਬਚਪਨ ਤੋਂ ਕਰਤਾਰ ਸਿੰਘ ਸਰਾਭਾ ਬਾਰੇ ਸੁਣਦੇ ਪੜ੍ਹਦੇ ਆ ਰਹੇ ਹਾਂ, ਪਰ ਮੈਂ ਹੁਣ ਜਦੋਂ ਆ ਕਿਤਾਬ ਲਿਖਣ ਵਾਸਤੇ ਕਰਤਾਰ ਸਿੰਘ ਸਰਾਭਾ ਦਾ ਸਾਰਾ ਵਿਸਥਾਰ ਪੜ੍ਹਿਆ ਵੀ ਉਹ ਕਿੱਡਾ ਵੱਡਾ ਸੂਰਮਾ ਸੀ, ਤੇ ਮੈਂ ਹੈਰਾਨ ਹੋ ਗਿਆ ਕਿ ਏਡੇ ਵੱਡੇ ਸੂਰਮੇ ਨੂੰ ਕਿੰਨਾ ਛੋਟਾ ਜਿਹਾ ਬਣਾ ਕੇ ਪੇਸ਼ ਕਰਤਾ ਜਿਵੇਂ ਬਾਕੀਆਂ ਚੋਂ ਇੱਕ। ਉਹ ਬਾਕੀਆਂ ਚੋਂ ਇੱਕ ਨਹੀਂ ਸੀ, ਉਹ ਤਾਂ ਬਹੁਤ ਹੀ ਨਿਰਾਲਾ ਸੀ। ਅਜੇ 17 ਸਾਲ ਦੀ ਉਮਰ ਸੀ ਜਦੋਂ ਉਹ ਬਰਕਲੇ ਯੂਨੀਵਰਸਿਟੀ ਚ, ਉਹਨਾਂ ਸਮਿਆਂ ਚ ਅੱਜ ਤੋਂ 100 ਸਾਲ ਪਹਿਲਾਂ, ਬਰਕਲੇ ਯੂਨੀਵਰਸਿਟੀ ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਆਇਆ ਸੀ 17 ਸਾਲਾਂ ਦਾ। ਹੋਇਆ ਕੀ ਕਿ ਇੱਕ ਦਿਨ ਉਹਦੀ ਬਾਂਹ ਤੇ ਕਿਤੇ ਸੱਟ ਲੱਗੀ, ਦਵਾਈ ਲੈਣ ਗਿਆ। ਦਵਾਈ ਦੀ ਦੁਕਾਨ ਤੇ ਭਾਈ ਪਰਮਾਨੰਦ ਸੀ ਲਾਹੌਰ ਦਾ, ਜਿਹੜਾ ਮੈਡੀਸਨ ਪੜ੍ਹਨ ਆਇਆ ਹੋਇਆ ਸੀ ਬਰਕਲੇ ਵਿੱਚ ਹੀ, ਉਹਦੀ ਦੁਕਾਨ ਸੀ। ਉਸ ਦੁਕਾਨ ਤੇ ਕਿਤੇ ਦੇਸ਼ ਬਾਰੇ ਗੱਲਾਂ ਚੱਲ ਗਈਆਂ, ਪੱਟੀ ਕਰਾਉਂਦੇ ਕਰਾਉਂਦੇ ਦੇਸ਼ ਬਾਰੇ ਗੱਲਾਂ ਚੱਲੀਆਂ, ਤੇ ਸਰਾਭੇ ਦੇ ਮਨ ਚ ਸਵਾਲ ਖੜਾ ਹੋ ਗਿਆ ਤੇ ਕਹਿੰਦਾ ਫਿਰ ਕੀ ਕੀਤਾ ਜਾਵੇ। ਭਾਈ ਪਰਮਾਨੰਦ ਨੇ ਕਿਹਾ ਕਿ ਕੀਤਾ ਕੀ ਜਾਵੇ, ਗੁਰੂ ਵੱਲ ਦੇਖ, ਆਪਦੇ ਦਸਵੇਂ ਗੁਰੂ ਵੱਲ ਉਹਨੇ ਕੀ ਕੀਤਾ ਸੀ। ਉਹਨੇ ਫਿਰ ਸਾਰੀ ਸਰਬੰਸ ਵਾਰਨ ਦੀ ਤੇ ਹੋਰ ਜਦੋਂ ਗੱਲ ਸੁਣਾਈ, ਬਸ ਉਸੇ ਪਲ ਸਰਾਭੇ ਦੀ ਜ਼ਿੰਦਗੀ ਦਾ ਰੁੱਖ ਬਦਲ ਗਿਆ, ਪੜ੍ਹਾਈ ਛੱਡਤੀ ਤੇ ਟੋਟਲੀ ਆਪਦੇ ਆਪ ਨੂੰ ਪੂਰੀ ਤਰ੍ਹਾਂ ਇਸੇ ਕੰਮ ਲਈ ਸਮਰਪਿਤ ਕਰ ਦਿੱਤਾ। ਫਿਰ ਉਹਨੇ ਜੋ ਕੰਮ ਕੀਤੇ ਤੁਸੀਂ ਉਹ ਦੇਖੋ, ਜਥੇਬੰਦੀ ਉਸਾਰ ਰਿਹਾ, ਅਖਬਾਰ ਕੱਢ ਰਿਹਾ, ਹਵਾਈ ਜਹਾਜ਼ ਦੀ ਟ੍ਰੇਨਿੰਗ ਲਾਇਆ ਜਾ ਕੇ ਈਸਟ ਕੋਸਟ ਤੋਂ ਕੁਛ ਹਫ਼ਤਿਆਂ ਦੇ ਵਿੱਚ, ਕਿ ਜੇ ਲੋੜ ਪਈ ਤਾਂ ਆਪਾਂ ਹਵਾਈ ਹਮਲੇ ਵੀ ਕਰਾਂਗੇ। ਕੁਛ ਹਫ਼ਤਿਆਂ ਦੇ ਵਿੱਚ ਹੀ ਟ੍ਰੇਨਿੰਗ ਲੈ ਕੇ ਵਾਪਸ ਆ ਗਿਆ ਸੀ। ਅਖਬਾਰ ਉਰਦੂ ਚ ਵੀ ਨਿਕਲਦਾ ਸੀ, ਪੰਜਾਬੀ ਚ ਵੀ। ਉਰਦੂ ਦੀ ਉਦੋਂ ਟਾਈਪ ਨਹੀਂ ਸੀ, ਉਹ ਹੱਥ ਨਾਲ ਕਿਤਾਬਤ ਲਿਖੀ ਜਾਂਦੀ ਸੀ। ਸਰਾਭਾ ਸਾਰਾ ਅਖਬਾਰ ਉਰਦੂ ਦਾ ਹੱਥ ਨਾਲ ਲਿਖਦਾ ਸੀ, ਫਿਰ ਉਹਨੂੰ ਗੁਰਮੁਖੀ ਚ ਤਰਜਮਾ ਕਰਦਾ ਸੀ, ਫਿਰ ਉਹਨੂੰ ਪ੍ਰੈਸ ਦੇ ਉੱਤੇ, ਉਹ ਪ੍ਰੈਸ ਜਿਹੜੀ ਅੱਜ ਵੀ ਸਟੋਕਟਨ ਦੇ ਗੁਰੂ ਘਰ ਚ ਪਈ ਹੈ, ਜਿਵੇਂ ਸਾਡੀ ਪੱਠੇ ਕੁੱਤਣ ਵਾਲੀ ਮਸ਼ੀਨ ਹੁੰਦੀ ਹੈ, ਉਸ ਤੇ ਗੇੜ ਕੇ ਉਹ ਅਖਬਾਰ ਛਾਪਦਾ ਸੀ। ਸਰਾਭਾ ਉਹ ਅਖਬਾਰ ਛਾਪਦਾ ਸੀ। ਫਿਰ ਹਜ਼ਾਰਾਂ ਦੀ ਗਿਣਤੀ ਚ ਐਡਰੈਸ ਸੀ ਜਿਨ੍ਹਾਂ ਤੇ ਪੋਸਟ ਕੀਤਾ ਜਾਂਦਾ ਸੀ। ਇਹ ਕੁਛ ਕਰਦਾ, ਜਗ੍ਹਾ ਜਗ੍ਹਾ ਘੁੰਮਦਾ ਸੀ, ਸਟੋਕਟਨ ਤੋਂ ਲੈ ਕੇ ਸਾਨ ਫਰਾਂਸਿਸਕੋ ਸਾਈਕਲ ਤੇ ਚਲਿਆ ਜਾਂਦਾ ਸੀ ਕਈ ਵਾਰ। ਤੁਸੀਂ ਦੇਖੋ ਕਿੰਨੀ ਊਰਜਾ ਸੀ ਉਸ ਬੰਦੇ ਦੇ ਵਿੱਚ। ਬਾਬਾ ਸੋਹਣ ਸਿੰਘ ਭਾਖਣਾ ਲਿਖਦੇ ਨੇ ਕਿ ਜਦੋਂ ਅਜੇ ਜੰਗ ਲੱਗੀ ਨਹੀਂ ਸੀ, ਪਹਿਲਾਂ ਪਾਰਟੀ ਨੇ ਫੈਸਲਾ ਕਰ ਲਿਆ, ਕਿਉਂਕਿ ਬਾਬਾ ਭਾਖਣਾ ਪ੍ਰਧਾਨ ਸੀ ਪਾਰਟੀ ਦੇ, ਕਿ ਤੁਸੀਂ ਜੰਗ ਤੋਂ ਪਹਿਲਾਂ ਜਾ ਕੇ ਦੇਸ਼ ਦੇ ਅੰਦਰ ਚਲੇ ਜਾਓ ਤੇ ਜਾ ਕੇ ਤਿਆਰੀਆਂ ਕਰੋ ਤੇ ਕੁਛ ਹਥਿਆਰ ਨਾਲ ਲੈ ਜਾਓ ਤਾਂ ਕਿ ਉੱਥੇ ਲੋੜ ਪਊਗੀ। ਹਥਿਆਰਾਂ ਦੀ ਗੱਲ ਸਰਾਭੇ ਨਾਲ ਕੀਤੀ। ਸਰਾਭੇ ਨੇ ਦੋ ਦਿਨਾਂ ਦੇ ਅੰਦਰ ਹੀ ਆ ਕੇ ਬਾਬਾ ਸੋਹਣ ਸਿੰਘ ਭਾਖਣਾ ਨੂੰ ਸਲਿੱਪ ਫੜਾਤੀ ਸਮੁੰਦਰੀ ਜਹਾਜ਼ ਦੇ ਕਮਰੇ ਦੀ। ਕਹਿੰਦਾ ਕਮਰਾ ਮੈਂ ਰਿਜ਼ਰਵ ਕਰਾ ਆਇਆ, ਉਸ ਕਮਰੇ ਦੇ ਵਿੱਚ ਦੋ ਪੇਟੀਆਂ, ਦੋ ਪੇਟੀਆਂ ਦੇ ਵਿੱਚ 200 ਪਿਸਤੌਲ ਤੇ 2000 ਕਾਰਤੂਸ। ਮਤਲਬ ਕਿੰਨੀ ਫੁਰਤੀ ਨਾਲ ਕੰਮ ਕਰਦਾ ਸੀ ਬਾਬਾ ਭਾਖਣਾ। ਉੱਥੋਂ ਤੁਰੇ ਹੈ ਜਹਾਜ਼ ਤੇ, ਸਮੁੰਦਰੀ ਜਹਾਜ਼ ਤੇ, ਜੰਗ ਅਜੇ ਲੱਗੀ ਨਹੀਂ, ਰਸਤੇ ਚ ਜਪਾਨ ਨੂੰ ਆ ਰਹੇ ਜਦੋਂ ਜੰਗ ਲੱਗ ਜਾਂਦੀ ਹੈ। ਬਾਬਾ ਭਾਖਣਾ ਲਿਖਦੇ ਨੇ ਕਿ ਮੈਂ ਜਦੋਂ ਕੋਬੀ ਦੀ ਬੰਦਰਗਾਹ ਤੇ ਪਹੁੰਚਿਆ ਤੇ ਭੁੱਖ ਲੱਗੀ ਸੀ, ਬਾਹਰ ਫਰੂਟ ਵਗੈਰਾ ਲੈਣ ਗਿਆ ਤੇ ਬਾਹਰ ਮੈਂ ਦੇਖਿਆ, ਕਹਿੰਦੇ ਅੱਗੋਂ ਕਰਤਾਰ ਸਿੰਘ ਸਰਾਭਾ ਤੁਰਿਆ ਆ ਰਹੀ, ਜਿਹੜਾ ਪਹਿਲਾਂ ਤੋਰ ਚੁੱਕਿਆ ਹੈ ਬਾਬੇ ਨੂੰ ਕਿੰਨੇ ਦਿਨ ਪਹਿਲਾਂ ਸਾਨ ਫ੍ਰਾਂਸਿਸਕੋ ਤੋਂ, ਤੇ ਬਾਬੇ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਪ੍ਰਗਟ ਹੋ ਰਿਹਾ ਕੋਬੀ ਦੀ ਬੰਦਰਗਾਹ ਤੇ। ਬਾਬੇ ਨੇ ਪੁੱਛਿਆ ਕਿ ਤੂੰ ਇੱਥੇ, ਉਹ ਕਹਿੰਦਾ ਜਦੋਂ ਜੰਗ ਲੱਗ ਗਈ ਮੈਂ ਤਾਂ ਉਸੇ ਦਿਨ ਹੀ ਚੱਲ ਪਿਆ, ਬਾਕੀ ਪਾਰਟੀ ਨੂੰ ਕਹਿਤਾ ਤੁਸੀਂ ਫੈਸਲਾ ਕਰਕੇ ਆ ਜਾਓ ਤੇ ਮੈਂ ਚੱਲਿਆ। ਤੇ ਬਾਬਾ ਸੋਹਣ ਸਿੰਘ ਭਾਖਣਾ ਨੇ ਉਹਨੂੰ ਕਿਹਾ ਕਿ ਠੀਕ ਹੈ ਤੂੰ ਸਿੱਧਾ ਦੇਸ਼ ਜਾ ਤੇ ਮੈਂ ਘੁੰਮਦਾ ਘੁਮਾਉਂਦਾ ਬਾਕੀ ਟਾਪੂਆਂ ਤੇ ਲੋਕਾਂ ਨੂੰ ਹੋਰ ਪ੍ਰੇਰਿਤ ਕਰਦਾ, ਮੈਂ ਠਹਿਰ ਕੇ ਆਉਣਾ। ਕਰਤਾਰ ਸਿੰਘ ਸਰਾਭਾ ਕੋਲੰਬੋ ਦਾ ਜਹਾਜ਼ ਫੜਿਆ ਉਹਨੇ, ਹਿੰਦੁਸਤਾਨ ਦਾ ਨਹੀਂ, ਕੋਲੰਬੋ ਦੀ ਬੰਦਰਗਾਹ ਤੇ ਉਤਰਿਆ, ਉੱਥੋਂ ਮਦਰਾਸ ਗਿਆ ਤੇ ਮਦਰਾਸ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ। ਬਾਬਾ ਸੋਹਣ ਸਿੰਘ ਭਾਖਣੇ ਦਾ ਜਹਾਜ਼ ਬੰਦਰਗਾਹ ਤੇ ਰੋਕ ਲਿਆ, ਤਲਾਸ਼ੀਆਂ ਹੋਈਆਂ, ਗ੍ਰਿਫ਼ਤਾਰ ਹੋ ਗਏ। ਬਾਬਾ ਸੋਹਣ ਸਿੰਘ ਭਾਖਣਾ ਨੂੰ ਗ੍ਰਿਫ਼ਤਾਰ ਕਰਕੇ ਕਲਕੱਤੇ ਤੋਂ ਲੁਧਿਆਣੇ ਭੇਜਤਾ, ਲੁਧਿਆਣੇ ਦੇ ਥਾਣੇ ਤੇ ਰੱਖਿਆ। ਥਾਣੇ ਰੱਖਣ ਤੋਂ ਬਾਅਦ ਉਹਨੂੰ ਗੱਡੀ ਤੇ ਚੜਾ ਕੇ ਕਿਤੇ ਭੇਜਣਾ ਸੀ ਜੇਲ੍ਹ ਚ। ਉਹ ਕਹਿੰਦਾ ਮੈਂ ਤਾਂਗੇ ਚ ਬੈਠਾ ਸੀ ਨਾਲ ਪੁਲਿਸ ਦੇ ਸਿਪਾਹੀ, ਮੈਂ ਸਟੇਸ਼ਨ ਵੱਲ ਨੂੰ ਜਾ ਰਿਹਾ ਥਾਣੇ ਤੋਂ। ਉਹਦੀ ਪਤਾ ਲੱਗਿਆ ਜਦੋਂ ਕਰਤਾਰ ਸਿੰਘ ਸਰਾਭੇ ਨੇ ਨੇੜੇ ਆ ਕੇ ਆਪਦੇ ਸਾਈਕਲ ਦੀ ਟੱਲੀ ਖੜਕਾਤੀ। ਮਤਲਬ ਕਿਸ ਤਰ੍ਹਾਂ ਪ੍ਰਗਟ ਹੁੰਦਾ ਆ ਕੇ ਸੀ ਉਹਦੀ, ਉਹ ਦੇਖੋ ਉਹਦੀ ਫੁਰਤੀ ਤੇ ਊਰਜਾ। ਸਕੂਲ ਦੇ ਵਿਦਿਆਰਥੀ ਜਦੋਂ ਖਾਲਸਾ ਸਕੂਲ ਲੁਧਿਆਣੇ ਪੜ੍ਹਦਾ ਸੀ ਤਾਂ ਉਹਨੂੰ ਸਕੂਲ ਦੇ ਵਿਦਿਆਰਥੀ ਉੱਡਣਾ ਸੱਪ ਕਹਿੰਦੇ ਹੁੰਦੇ ਸੀ, ਵੀ ਇਹਦੇ ਚ ਇੰਨੀ ਫੁਰਤੀ ਹੈ, ਇੰਨਾ ਛੋਲਾ ਹੈ। ਤੇ ਜਦੋਂ ਸਿੱਖੀ ਦੀ ਪਾਣ ਚੜ ਗਈ ਤਾਂ ਉੱਡਣਾ ਸੱਪ ਇੱਕ ਬਹੁਤ ਵੱਡਾ ਯੋਧਾ ਤੇ ਸੂਰਮਾ ਬਣ ਗਿਆ।
ਤੇ ਗਦਰ ਪਾਰਟੀ ਦਾ ਜੋ ਕੰਮ ਹੋਇਆ, ਜੋ ਵੀ ਹੋਇਆ, ਜਦੋਂ ਜੱਜਾਂ ਨੇ ਫੈਸਲਾ ਸੁਣਾਉਣਾ ਸੀ, ਉਹਦੀ ਉਮਰ ਵੱਲ ਦੇਖ ਕੇ ਜੱਜ ਕਹਿੰਦੇ ਵੀ ਸਾਨੂੰ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੇ ਸਾਡਾ ਜੀਵ ਨਹੀਂ ਕਰਦਾ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਤੇ ਤੈਨੂੰ 24 ਘੰਟੇ ਦਿੱਤੇ ਜਾਂਦੇ ਨੇ, ਵਿਚਾਰ ਲੈ, ਗਲਤੀ ਮੰਨ ਲੈ ਤੇ ਤੈਨੂੰ ਫਾਂਸੀ। ਉਹ ਕਹਿੰਦਾ ਵੀ ਨਹੀਂ। ਫਿਰ ਜੱਜਾਂ ਨੇ ਬਹੁਤ ਦੁੱਖ ਨਾਲ ਲਿਖਿਆ, ਉਹ ਕਹਿੰਦੇ ਵੀ ਕੀ ਕਰੀਏ, ਸਾਡਾ ਜੀ ਨਹੀਂ ਕਰਦਾ ਇਹਨੂੰ ਫਾਂਸੀ ਦੇਣ ਨੂੰ, ਪਰ ਕੀ ਕਰੀਏ। ਕਹਿੰਦੇ ਅਮਰੀਕਾ ਦੀ ਧਰਤੀ ਤੇ, ਰਾਹ ਵਿਚ ਟਾਪੂਆਂ ਤੇ ਹਿੰਦੁਸਤਾਨ ਚ ਬਰਤਾਨਵੀ ਹਕੂਮਤ ਵਿਰੁੱਧ ਰਚੀ ਗਈ ਕਿਹੜੀ ਸਾਜਿਸ਼ ਹੈ ਜਿਹਦੀ ਸੈਂਟਰ ਦੇ ਵਿਚ ਸਰਾਬਾ ਨਹੀਂ। ਇੱਕ ਵੀ ਕੰਮ ਅਜਿਹਾ ਨਹੀਂ ਜਿਹਦੇ ਵਿਚ ਸਰਾਬਾ ਨਹੀਂ। ਆਉਂਦੇ ਸਕੂਲ ਚ ਆਪਦੇ ਪੁਰਾਣੇ ਵਿਦਿਆਰਥੀਆਂ ਨੂੰ ਮਿਲਿਆ, ਉਹਨਾਂ ਨੂੰ ਪ੍ਰਚਾਰ ਦੇ ਕੰਮ ਤੇ ਲਾਤਾ, 6 ਸਾਈਕਲੋਸਟਾਈਲ ਮਸ਼ੀਨਾਂ, ਆਪ ਲਿਖਦਾ, ਕਵਿਤਾਵਾਂ ਲਿਖਦਾ, ਲੇਖ ਲਿਖਦਾ, ਉਹਨੂੰ ਛਾਪ ਛਾਪਣਾ ਵੀ ਕੀ ਸਾਈਕਲੋਸਟਾਈਲ ਮਸ਼ੀਨਾਂ, ਈਵਨ ਕਾਰਬਨ ਕਾਪੀਆਂ ਕਰ ਕਰਕੇ ਉਹ ਦਿਨੇ ਜਾ ਕੇ ਪਿੰਡਾਂ ਚ ਵੰਡਦਾ, ਰਾਤ ਨੂੰ ਜਾ ਕੇ ਛਾਉਣੀਆਂ ਚ ਵੰਡਦਾ। ਉੱਤਰੀ ਭਾਰਤ ਦੀ ਇੱਕ ਵੀ ਛਾਉਣੀ ਨਹੀਂ ਜਿਹਦੇ ਚ ਸਰਾਬਾ ਨਹੀਂ ਗਿਆ, ਤੇ ਇੱਕ ਵੀ ਉਦਾਹਰਣ ਨਹੀਂ ਜਦੋਂ ਸਰਾਬੇ ਨੂੰ ਕਿਸੇ ਨੇ ਜਵਾਬ ਦੇ ਦਿੱਤਾ ਹੋਵੇ। ਤੁਸੀਂ ਇਹ ਸੋਚੋ ਉਹ ਕਿਹੋ ਜਿਹੀ ਹਸਤੀ ਹੋਊਗੀ, ਉਹਦੇ ਚ ਕਿਸ ਕਿਸਮ ਦਾ ਰੂਹਾਨੀ ਜਲਾਲ ਹੋਊਗਾ ਕਿ ਜਿਹਦੇ ਨਾਲ ਵੀ ਗੱਲ ਕੀਤੀ ਤੇ ਗੱਲ ਕੋਈ ਇਹ ਨਹੀਂ ਸੀ, ਗੱਲ ਸਿਰ ਦੇਣ ਦੀ ਸੀ। ਜਦੋਂ ਫੌਜੀ ਨੂੰ ਬਗਾਵਤ ਲਈ ਕਹਿਣਾ ਤਾਂ ਫੌਜੀ ਨੂੰ ਪਤਾ ਕਿ ਇਹਦਾ ਸਿੱਟਾ ਕੀ ਨਿਕਲਣਾ। ਇੱਕ ਵੀ ਥਾਂ ਤੇ ਇਹ ਨਹੀਂ ਹੋਇਆ ਕਿ ਸਰਾਬੇ ਨੂੰ ਕਿਤੋਂ ਜਵਾਬ ਮਿਲ ਗਿਆ ਹੋਵੇ। ਇੱਕ ਦ੍ਰਿਸ਼ਟਾਂਤ ਤੁਸੀਂ ਦੇਖੋ ਜਿਹੜਾ ਸਾਨੂੰ ਹੈਰਾਨ ਕਰ ਦਿੰਦਾ। ਇੱਕ ਵਾਰ ਉਹ ਲੁਧਿਆਣੇ ਬੈਠਾ ਗੱਡੀ ਦੇ ਉੱਤੇ, ਜਲੰਧਰ ਜਾਣਾ ਸੀ, ਗੱਡੀ ਦੇ ਡੱਬੇ ਦੇ ਵਿੱਚ ਇੱਕ ਸਿੱਖ ਫੌਜੀ ਬੈਠਾ ਵਰਦੀ ਪਾਈ ਤੇ ਸਰਾਬਾ ਜਾ ਕੇ ਉਹਦੇ ਕੋਲ ਬਹਿ ਗਿਆ, ਕੋਲ ਬਹਿ ਕੇ ਉਹਦੇ ਨਾਲ ਗੱਲੀ ਲੱਗ ਗਿਆ, ਕਿੱਥੇ ਹੁੰਦਾ, ਕੀ ਕਰਦਾ। ਉਸ ਨੇ ਦੱਸਿਆ ਕਿ ਮੈਂ ਲਾਹੌਰ ਦੀ ਛਾਉਣੀ ਚ ਹੁੰਦਾ ਤੇ ਡਿਊਟੀ ਕੀ ਹੈ, ਮੈਗਜ਼ੀਨ ਦੀ ਚਾਬੀਆਂ ਮੇਰੇ ਕੋਲ ਹੁੰਦੀਆਂ ਅਸਲੇ ਖਾਨੇ ਦੀਆਂ, ਤੇ ਸਰਾਬੇ ਨੂੰ ਹੋਰ ਕੀ ਚਾਹੀਦਾ ਸੀ। ਤੇ ਸਰਾਬੇ ਨੇ ਉਹਦੇ ਨਾਲ ਚਲੋ ਗੱਲਬਾਤ ਕੀਤੀ। ਹੁਣ ਤੁਸੀਂ ਦੇਖ ਲਓ ਲੁਧਿਆਣੇ ਤੋਂ ਜਲੰਧਰ ਕਿੰਨਾ ਕੁ ਸਫ਼ਰ ਹੈ। ਜਲੰਧਰ ਜਾ ਕੇ ਜਦੋਂ ਉਹ ਇੱਕ ਦੂਜੇ ਤੋਂ ਵੱਖ ਹੋਏ ਤਾਂ ਉਸ ਫੌਜੀ ਨੇ ਕਿਹਾ, ਜਿੱਦਣ ਮਰਜ਼ੀ ਆ ਜੀ ਚਾਬੀਆਂ ਹਾਜ਼ਰ। 18 ਸਾਲ ਦਾ ਮੁੰਡਾ ਜਿਹਦੇ ਦਾੜੀ ਵੀ ਨਹੀਂ ਆਈ, ਉਹਦੀ ਗੱਲ ਸੁਣ ਕੇ ਬੰਦੇ ਆਪਦੀ ਜ਼ਿੰਦਗੀਆਂ ਦੇ ਫੈਸਲੇ ਕਰ ਰਹੇ। ਇਹ ਹੁਣ ਕਿਸੇ ਰੂਹਾਨੀ ਸ਼ਕਤੀ ਤੋਂ ਬਿਨਾਂ ਇਹ ਗੱਲ ਸੰਭਵ ਨਹੀਂ। ਇਹ ਗੱਲਾਂ ਲੁਕੋਈਆਂ ਜਾ ਰਹੀਆਂ ਨੇ। ਜਦੋਂ ਤੁਸੀਂ ਸਰਾਬੇ ਵਿੱਚੋਂ ਇਹ ਗੱਲਾਂ ਕੱਢ ਦਿਓਗੇ, ਉਹਨੂੰ ਇੱਕ ਸਧਾਰਨ ਜਾਂ ਦੇਸ਼ ਭਗਤ ਜਿਵੇਂ ਬਾਕੀ ਦੇ ਦੇਸ਼ ਭਗਤ ਨੂੰ, ਤੇ ਬਹੁਤ ਦੁੱਖ ਹੁੰਦਾ ਜਦੋਂ ਸਰਾਬੇ ਦੀ ਫੋਟੋ ਲਾਲਾ ਹਰਦਿਆਲ ਨਾਲ ਲਾਈ ਜਾਂਦੀ ਹੈ। ਤੁਸੀਂ ਵੀ ਦੇਖਿਆ ਹੋਊ ਜਦੋਂ ਇੱਥੇ ਮੇਲੇ ਲੱਗਦੇ ਨੇ ਜਿਹੜੇ ਉਹਦੇ ਇਸ਼ਤਿਹਾਰ ਦਿੱਤੇ ਜਾਂਦੇ ਨੇ, ਸਭ ਤੋਂ ਪਹਿਲੀ ਫੋਟੋ ਲਾਲਾ ਹਰਦਿਆਲ ਦੀ ਹੁੰਦੀ ਹੈ ਤੇ ਉਸੇ ਕੜੀ ਦੇ ਵਿੱਚ ਸਰਾਬੇ ਦੀ ਹੁੰਦੀ ਹੈ। ਸਰਾਬੇ ਦੀ ਆਦਤ ਸੀ, ਉਹ ਹਮੇਸ਼ਾ ਕਵਿਤਾ ਪੜ੍ਹਦਾ ਰਹਿੰਦਾ ਸੀ, ਚੜ੍ਹਦੀ ਕਲਾ ਵਾਲੀ ਕਵਿਤਾ, ਹਰ ਵੇਲੇ ਉਸ ਰੰਗ ਚ ਰੰਗਿਆ ਰਹਿੰਦਾ ਸੀ। ਉੱਥੇ ਉਹਨੇ ਕਵਿਤਾ ਪੜ੍ਹੀ ਜਿਹੜੀ ਪਹਿਲਾਂ ਸ਼ਬਦ ਚੁੱਕੀ ਸੀ ਉਹਨਾਂ ਦੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਉਹ ਕਵਿਤਾ ਪੜ੍ਹੀ, ਤਿੰਨਾਂ ਦੀਆਂ ਆਪਸ ਵਿੱਚ ਅੱਖਾਂ ਮਿਲੀਆਂ ਕਿ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਕਿ ਭੱਜ ਕੇ ਨਹੀਂ ਜਾਣਾ ਚਾਹੀਦਾ। ਬਸ ਉਸੇ ਦਰਿਆ ਤੋਂ ਉਨੀ ਪੈਰੀ ਵਾਪਸ ਮੁੜਿਆ, ਵਾਪਸ ਮੁੜਿਆ ਏ, ਮੁੜ ਕੇ ਫਿਰ ਛਾਉਣੀ ਚ ਜਾ ਵੜੇ। ਜਦੋਂ ਲਹਿਰ ਫੇਲ ਹੋ ਜਾਂਦੀ ਹੈ ਉਦੋਂ ਹਰ ਕੋਈ ਬੰਦਾ ਉੱਠ ਕੇ ਮੁਖਬਰ ਬਣ ਜਾਂਦਾ। ਜਿੰਨਾ ਚਿਰ ਲਹਿਰ ਦਾ ਦਬਦਬਾ ਰਹਿੰਦਾ ਬੰਦੇ ਦਬੇ ਰਹਿੰਦੇ ਨੇ। ਲਹਿਰ ਫੇਲ ਹੋ ਗਈ ਸੀ, ਸੋ ਪਹਿਲੀ ਜਗ੍ਹਾ ਤੇ ਬੰਦਿਆਂ ਨੂੰ ਫੜਾਤਾ, ਚਲੋ ਫਾਂਸੀ ਹੋਈ। ਹੁਣ ਮੈਂ ਆਖਰੀ ਗੱਲ, ਸਮਾਂ ਕਾਫੀ ਹੋ ਗਿਆ ਜਿਹੜੀ ਮੈਂ ਤੁਹਾਡੇ ਨਾਲ ਕਰਨ ਲੱਗਿਆ, ਕਿ ਜਦੋਂ ਜੱਜ ਨੇ ਫੈਸਲਾ ਸੁਣਾਇਆ, ਪਹਿਲੇ ਲਾਹੌਰ ਸਾਜਿਸ਼ ਕੇਸ ਦਾ 24 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ, 24 ਬੰਦੇ ਲਾਹੌਰ ਦੀ ਸੈਂਟਰਲ ਜੇਲ੍ਹ ਚ ਬੰਦ ਨੇ। ਉਹਨਾਂ ਨੇ ਸੋਚਿਆ ਕਿ ਕੌਮ ਨੂੰ ਕੋਈ ਸੰਦੇਸ਼ ਦੇਈਏ ਰਲ ਕੇ। 24 ਬੰਦਿਆਂ ਨੇ ਰਲ ਕੇ ਇੱਕ ਕਵਿਤਾ ਲਿਖੀ। ਇਹ ਦੁਨੀਆਂ ਦੇ ਇਤਿਹਾਸ ਚ ਬਹੁਤ ਘੱਟ ਇਸ ਤਰ੍ਹਾਂ ਹੋਇਆ ਹੋ ਕਿ ਬੰਦੇ ਫਾਂਸੀ ਲੱਗਣ ਜਾ ਰਹੇ ਨੇ, 24 ਰਲ ਕੇ ਕਵਿਤਾ ਲਿਖ ਰਹੇ। ਭਾਈ ਸੰਤੋਖ ਸਿੰਘ ਨੇ ਲਿਖਿਆ ਇਸ ਕਵਿਤਾ ਬਾਰੇ, ਕਹਿੰਦਾ ਰਲ ਕੇ ਕਵਿਤਾ ਲਿਖਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਦੀ ਨਿੱਜੀ ਹਸਤੀ ਮਿਟਾਤੀ, ਏਡੀ ਵੱਡੀ ਪਰਉਪਕਾਰ ਦੀ ਭਾਵਨਾ ਤੁਹਾਡੇ ਚ ਪ੍ਰਫੁੱਲਤ ਹੋ ਗਈ ਕਿ ਤੁਹਾਨੂੰ ਆਪਦਾ ਪਵਿੱਤਰ ਆਦਰਸ਼ ਤੇ ਕਾਜ ਹੀ ਦਿਸਦਾ, ਆਪਦਾ ਨਿੱਜ ਕਿਤੇ ਨਹੀਂ। ਉਹ ਕਵਿਤਾ ਲਿਖੀ 24 ਬੰਦਿਆਂ ਨੇ ਰਲ ਕੇ, ਚਲੋ ਜਿੱਦਣ ਫਾਂਸੀ ਲੱਗਣੀ ਸੀ ਜਦੋਂ ਖੋਲੀਆਂ ਕੋਠੜੀਆਂ, ਉਦੋਂ ਕਿਤੇ ਬੈਸ ਰਾਏ ਦਾ ਫਰਮਾਨ ਆ ਗਿਆ ਰਾਤੇ ਰਾਤ ਕਿ 17 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਮਾਫ, ਉਮਰ ਕੈਦ ਕਰਤੀ, 7 ਬੰਦਿਆਂ ਨੂੰ ਫਾਂਸੀ। ਉਹਨਾਂ 7 ਚੋਂ ਕਰਤਾਰ ਸਿੰਘ ਸਰਾਭਾ ਸੀ, ਬਾਬਾ ਜਗਤ ਸਿੰਘ ਸੁਰ ਸਿੰਘ ਸੀ, ਵਿਸ਼ਨੂੰ ਗਣੇਸ਼ ਪਿੰਗਲੇ ਸੀ,
ਉਹ ਇਹ ਕਵਿਤਾ ਗਾਉਂਦੇ ਹੋਏ ਫਾਂਸੀ ਤੇ ਚੜੇ। ਹੁਣ ਉਹ ਕਵਿਤਾ ਨਾਲ ਕੀ ਵਾਪਰੀ ਇੱਕੋ ਘਟਨਾ ਤੋਂ ਤੁਹਾਨੂੰ ਸਾਰੇ ਕੁਛ ਦਾ ਪਤਾ ਲੱਗ ਜੂ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ ਜਿਹੜੇ ਅੱਜ ਉਹਨਾਂ ਦੇ ਵਾਰਸ ਕਹਾਉਂਦੇ ਨੇ ਉਹ ਕਿੰਨੇ ਝੂਠੇ ਕਿੰਨੇ ਬਦ ਇਮਾਨ। ਉਹ ਕਵਿਤਾ ਦੇ 13 ਬੰਦ ਹੈ ਟੋਟਲ। ਉਹ 13 ਬੰਦ 1926 ਚ ਭਾਈ ਸੰਤੋਖ ਸਿੰਘ ਜਿਹੜਾ ਉਸ ਲਹਿਰ ਦਾ ਲੀਡਰ ਸੀ ਜਿਹੜਾ ਇਹਨਾਂ ਦੇ ਨਾਲ ਰਿਹਾ ਉਹਨੇ ਆਪਣੇ ਕਿਰਤੀ ਅਖਬਾਰ ਅਗਸਤ ਸਤੰਬਰ ਦੇ ਅੰਕ ਚ ਉਹ ਪੂਰੀ ਕਵਿਤਾ ਛਾਪੀ। ਨਾਲ ਉਹਨੇ ਇਹ ਵੀ ਕਿਹਾ ਕਿ ਕੋਈ ਸਮਾਂ ਆਊ ਜਦੋਂ ਦੁਨੀਆਂ ਭਰ ਦੇ ਵਿਦਵਾਨ 16 ਕੂਟਾਂ ਤੋਂ ਚੱਲ ਕੇ ਹਿੰਦੁਸਤਾਨ ਆਉਣਗੇ ਤੇ ਇਸ ਕਵਿਤਾ ਦਾ ਤਰਜਮਾ ਕਰਕੇ ਦੁਨੀਆਂ ਦੀਆਂ ਸਾਰੀਆਂ ਲਾਇਬ੍ਰੇਰੀਆਂ ਚ ਰੱਖਣਗੇ। ਇਹ ਕਵਿਤਾ ਕਿੱਡੀ ਜ਼ਬਰਦਸਤ ਹੈ। ਹੋਇਆ ਕੀ ਹੈ ਕਿ ਉਸ ਕਵਿਤਾ ਦਾ ਇੱਕ ਹਿੱਸਾ ਬਿਲਕੁਲ ਗਾਇਬ ਕਰ ਦਿੱਤਾ ਗਿਆ। 1926 ਤੋਂ ਲੈ ਕੇ ਅੱਜ ਤੱਕ ਉਹ ਕਵਿਤਾ ਕਿਤੇ ਉਹਨੂੰ ਤੁਹਾਡੇ ਸਾਹਮਣੇ ਨਹੀਂ ਆਊਗੀ। ਇੱਕ ਹਿੱਸਾ ਹੀ ਚੱਲਿਆ ਜਿਹੜਾ ਤੁਸੀਂ ਸਕੂਲਾਂ ਚ ਵੀ ਸੁਣਿਆ ਹੋਊ, ਵਤਨ ਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ। ਜਿੱਥੇ ਵਤਨ ਦੀ ਗੱਲ ਹੈ ਉਹ ਹਿੱਸਾ ਛਾਪਤਾ, ਬਾਕੀ ਜਿਹੜੇ 6 ਬੰਦ ਉਹਦੇ ਚ ਕੀ ਹੈ ਉਹ ਮੈਂ ਤੁਹਾਨੂੰ ਸੁਣਾਉਣਾ ਜਦੋਂ ਤੁਸੀਂ ਉਹ ਬੰਦ ਸੁਣੋਗੇ। ਨਾਲ ਤਾਂ ਇਹ ਪਤਾ ਲੱਗ ਜੂ ਕਿ ਗਦਰੀ ਬਾਬੇ ਕੌਣ ਸੀ, ਨਾਲ ਇਹ ਪਤਾ ਲੱਗ ਜੂ ਜਿਨ੍ਹਾਂ ਨੇ ਉਹਨਾਂ ਦਾ ਇਤਿਹਾਸ ਲਿਖਿਆ ਉਹਨਾਂ ਦੇ ਦਿਲ ਕਿੰਨੇ ਕਾਲੇ ਸੀ, ਤੇ ਜਿਹੜੇ ਉਹਨਾਂ ਦੇ ਬਾਹਰ ਸਿਖਵਾਉਂਦੇ ਨੇ ਅੱਜ ਉਹਨਾਂ ਦਾ ਇਮਾਨ ਕੀ ਹੈ। ਉਹ ਇਹ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਸਿਰਫ 6 ਬੰਦ। ਹੁਣ ਇਸ ਕਵਿਤਾ ਚੋਂ ਤੁਸੀਂ ਗੁਰਬਾਣੀ ਦਾ ਫਲਸਫਾ, ਚੜ੍ਹਦੀ ਕਲਾ ਦੀ ਸਪਿਰਿਟ, ਇੱਕ ਇੱਕ ਲਾਈਨ ਦੇ ਵਿੱਚੋਂ ਉਹ ਜਜ਼ਬਾ ਝਲਕਦਾ। ਇਹ ਕਿਸੇ ਆਮ ਬੰਦਿਆਂ ਦੀ ਲਿਖੀ ਹੋਈ ਕਵਿਤਾ ਨਹੀਂ, ਜਦੋਂ ਮੌਤ ਦੀਆਂ ਅੱਖਾਂ ਚ ਅੱਖਾਂ ਪਾ ਕੇ ਲਿਖ ਰਹੇ ਕਵਿਤਾ। ਕਵਿਤਾ ਉਹਨਾਂ ਨੇ ਲਿਖੀ ਹੈ ਜੀ, ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ, ਸਦਾ ਕੂੜਦੀ ਰਹੇ ਨਾ ਜਾਰਸ਼ਾਹੀ। ਜਾਰਸ਼ਾਹੀ ਹੁੰਦਾ ਹਕੂਮਤ। ਸਦਾ ਕੂੜਦੀ ਰਹੇ ਨਾ ਜਾਰਸ਼ਾਹੀ, ਸਦਾ ਜਾਵਰਾਂ ਹੱਥ ਤਲਵਾਰ ਨਾਹੀਂ, ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਵਣਦਾ ਵਕਤ ਕਿਸੇ ਦਾ ਯਾਰ ਨਾਹੀਂ, ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਾਹੀਂ। ਤੇ ਧਰਮ ਦੀ ਗੱਲ ਹੈ ਇਸ ਕਰਕੇ ਇਹ ਅਲੋਪ ਕਰ ਦਿੱਤੀ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ, ਦੁੱਖ ਝੱਲਾਂਗੇ ਹੱਸ ਕੇ, ਵਾਂਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ। ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਇੱਕ ਸਿੱਖ ਜਦੋਂ ਸ਼ਹੀਦ ਹੋਣ ਜਾਂਦਾ ਉਹ ਕਿਸ ਤਰ੍ਹਾਂ ਵਿਦਾ ਹੁੰਦਾ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਉਹੀ ਸਪਿਰਿਟ ਤੁਸੀਂ ਜਿੰਦੇ ਸੁੱਖੇ ਦੀ ਚਿੱਠੀ ਪੜ੍ਹੋ, ਤੁਸੀਂ ਦੇਖੋ ਕਿਤੇ ਫਰਕ ਲੱਗਦਾ ਕਿਤੇ, ਉਹੀ ਸਪਿਰਿਟ ਕੰਮ ਕਰ ਰਹੀ ਹੈ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਫਾਂਸੀ ਤੋਪ ਬੰਦੂਕ ਤੇ ਤੀਰ ਵਰਸ਼ੀ ਕੱਟ ਸਕਦੀ ਨਹੀਂ ਤਲਵਾਰ ਸਨ। ਕਿੰਨੀ ਅਡੋਲਤਾ ਤੇ ਦ੍ਰਿੜਤਾ। ਹੁਣ ਆਖਰੀ ਬੰਦ ਦੇਖੋ, ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤਫੰਗ ਦਾ ਵਾਰ ਸਾਨੂੰ। ਤਫੰਗ ਹੁੰਦੀ ਹੈ ਗਨ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਨ। ਕਿੱਥੋਂ ਪ੍ਰੇਰਣਾ ਲੈ ਕੇ ਉਹ ਸ਼ਹੀਦ ਹੋਣ ਜਾ ਰਹੇ। ਇਹ 6 ਬੰਦ 1926 ਤੋਂ ਬਾਅਦ ਟੋਟਲ ਅਲੋਪ ਹੋ ਗਏ। ਮਣਾ ਮੂਹੀ ਕਿਤਾਬਾਂ ਛਪੀਆਂ ਕਿ ਉਹਨਾਂ ਕਿਤਾਬਾਂ ਦੇ ਵਿੱਚ ਇਹ ਕਵਿਤਾ ਦਾ ਅੱਧਾ ਕੱਟਿਆ ਵੱਡਿਆ ਰੂਪ। ਸੋ ਜਿਹੜੀ ਕਵਿਤਾ ਬਾਰੇ 1926 ਚ ਭਾਈ ਸੰਤੋਖ ਸਿੰਘ ਲਿਖ ਰਿਹਾ ਕਿ ਦੁਨੀਆਂ ਭਰ ਦੇ ਵਿਦਵਾਨ ਆਉਣਗੇ ਤੇ ਤਰਜਮਾ ਕਰਕੇ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਚ ਰੱਖਣਗੇ, ਤੇ ਭਾਈ ਸੰਤੋਖ ਸਿੰਘ ਨੂੰ ਕੀ ਪਤਾ ਸੀ ਕਿ ਇੱਥੇ ਇੰਨੇ ਦਿਲ ਦੇ ਕਾਲੇ ਲੋਕ ਆਉਣਗੇ ਜਿਹੜੇ ਆਪਣੇ ਸ਼ਹੀਦਾਂ ਪ੍ਰਤੀ ਵੀ ਬੇਈਮਾਨ ਹੋਣਗੇ। ਦੁਨੀਆਂ ਦੀਆਂ ਲਾਇਬ੍ਰੇਰੀਆਂ ਚ ਕੀ ਪੰਜਾਬ ਦੀਆਂ ਲਾਇਬ੍ਰੇਰੀਆਂ ਚੋਂ ਗਾਇਬ ਹੋਈ ਕਿਤਾਬ। ਇਹ ਇੱਕ ਉਦਾਹਰਨ ਬਹੁਤ ਹੈ। ਜਿਹੜੇ ਬੰਦੇ ਆਪਦੇ ਸ਼ਹੀਦਾਂ ਨਾਲ ਇਹ ਕਰ ਸਕਦੇ ਤੇ ਉਹ ਸ਼ਹੀਦਾਂ ਦੇ ਬਾਹਰ ਸੌਣ ਦਾ ਖੇਖਣ ਵੀ ਕਰ ਸਕਦੇ, ਤੁਸੀਂ ਉਹਨਾਂ ਲੋਕਾਂ ਦੇ ਕਿਰਦਾਰ ਆਪ ਦੇਖ ਲਓ। ਸਿੱਖੀ ਦੀ ਸਪਿਰਿਟ ਮੁੜ ਕੇ ਪੰਜਾਬ ਦੇ ਵਿੱਚ ਜੇ ਅਸੀਂ ਗਾਦਰੀ ਬਾਬਿਆਂ ਨੂੰ ਅਸਲੀ ਰੂਪ ਚ ਯਾਦ ਕਰ ਲਈਏ
ਉਹਨਾਂ ਦਾ ਅਸਲੀ ਇਤਿਹਾਸ ਸਾਹਮਣੇ ਆ ਜਾਏ ਤਾਂ ਕੱਲ ਗੱਲੀ ਗਦਰ ਪਾਰਟੀ ਦੇ ਇਤਿਹਾਸ ਦੀ ਨਹੀਂ। ਉਹ ਸਿੱਖੀ ਦਾ ਜਜ਼ਬਾ, ਉਹ ਸਪਿਰਿਟ, ਉਹ ਫਿਰ ਉੱਥੇ ਬੁਲੰਦ ਹੋਊ ਤੇ ਜੋ ਕੁਛ ਅੱਜ ਪੰਜਾਬ ਚ ਚੱਲ ਰਿਹਾ, ਜਿਹੜਾ ਅਸੀਂ ਦੇਖ ਕੇ ਨਿਰਾਸ਼ ਹੁੰਦੇ ਹਾਂ, ਉਹ ਰੁਝਾਨਾਂ ਨੂੰ ਠੱਲ ਪੈ ਸਕਦੀ ਹੈ।